इस वीडियो को लाइक करें, हमारे चैनल को सब्सक्राइब कर बेल आइकन जरूर प्रेस करें हमारी न्यू वीडियो सबसे पहले देखने के लिए। जिस तरह पीर नू मनदे ने तेरे वीर नू मनदे ने, रब फकीर दी सुनदा है, लोक फकीर नू मनदे ने, सहबा भी ते गुजरी है, लोकी हीर नू मनदे ने, दावा रब नू मनन दा ਢਿੱਡੋਂ ਖੀਰ ਨੂੰ ਮੰਨਦੇ ਨੇ। ਅਸਲਾਮ ਅਲੈਕਮ। ਉਹ ਮੈਂ ਕਿਹਾ ਦੋਸਤੋ ਆ ਗਿਆ ਤੁਹਾਡਾ ਯਾਰ ਮਲਕ। ਕੀ ਹਾਲ ਹੈ ਤੁਹਾਡਾ ਦੋਸਤੋ? ਅੱਲਾ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਸਿਹਤ ਤੰਦਰੁਸਤੀ ਦੇਵੇ, ਤੁਹਾਡੇ ਵੱਡਿਆਂ ਨੂੰ ਸਿਹਤ ਤੰਦਰੁਸਤੀ ਦੇਵੇ ਜੀ। ਮਲਕ ਦੀ ਦੁਆ ਜਨਾਬ। ਅਤੇ ਅੱਲਾ ਮੀਆਂ ਤੁਹਾਡੀਆਂ ਤਮਾਮ ਮੁਸ਼ਕਲਾਂ ਤਮਾਮ ਪਰੇਸ਼ਾਨੀਆਂ ਦੂਰ ਕਰੇ ਜੀ। ਅਤੇ ਅੱਜ ਮੈਂ ਜਨਾਬ ਦੀ ਖਿਦਮਤ 'ਚ ਹਾਜ਼ਰ ਹੋਇਆ ਜੀ। ਦੋਸਤ ਫਰਮਾਇਸ਼ਾਂ ਕਰਦੇ ਨੇ ਕਿ ਮਲਕ ਸਾਹਿਬ ਕੋਈ ਕੁੱਤੀ ਆਵੇ ਪੁਆਇੰਟਰ ਅਤੇ ਉਹ ਦੱਸਣਾ, ਇਹਦਾ ਕੱਦ ਕਾਰਡ ਤੁਸੀਂ ਚੈੱਕ ਕਰੋ ਜੀ। ਅਤੇ ਜਨਾਬ ਇਹ ਇੰਗਲਿਸ਼ ਪੁਆਇੰਟਰ ਹੈ, ਠੀਕ ਹੈ ਜੀ। ਅਤੇ ਇਹਦੀ 10 ਮਹੀਨੇ ਉਮਰ ਹੈ ਜੀ, 10 ਮਹੀਨੇ। ਟੀਕੇ ਸ਼ੀਕੇ ਜਨਾਬ ਇਹਨੂੰ ਲੱਗੇ ਹੁੰਦੇ ਨੇ, ਅਤੇ ਫਾਰਸੀ ਟੀਕੇ ਜਿਹੜੇ ਨੇ ਇਹਨੂੰ ਲੱਗੇ ਨੇ। ਇਹਦੇ ਕੰਨ ਵੇਖੋ, ਇਹਦੀ ਟੇਲ ਵੇਖੋ, ਬਿਲਕੁਲ ਛੋਟੀ ਟੇਲ ਵਾਲੀ ਹੈ ਜੀ, ਛੋਟੀ ਟੇਲ ਵਾਲੀ ਹੈ। ਔਰ ਕੱਦ ਕਾਠ ਇਹਦਾ ਦੇਖੋ ਖਲੋਤੀ ਦਾ। ਅਤੇ ਇਹ ਸ਼ਿਕਾਰ 'ਤੇ ਜਨਾਬ ਲੱਗੀ ਹੋਈ ਹੈ। ਅਤੇ ਦੋਸਤੋ ਮੇਰੇ ਚੈਨਲ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਔਰ ਘੰਟੀ ਦੇ ਬਟਨ ਨੂੰ ਦਬਾਇਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਅੱਛੀਆਂ ਅੱਛੀਆਂ ਵੀਡੀਓ ਜਿਹੜੀਆਂ ਨੇ ਆਪਣੀਆਂ ਜਨਾਬ ਹੁੰਦੀਆਂ ਨੇ ਉਹ ਤੁਹਾਡੇ ਤੱਕ ਪਹੁੰਚਾਵਾਂ ਕਰਾਂ। ਅਤੇ ਕਾਫੀ ਦੋਸਤਾਂ ਦੀਆਂ ਫਰਮਾਇਸ਼ਾਂ ਹੁੰਦੀਆਂ ਨੇ ਔਰ ਕਾਫੀ ਦੋਸਤਾਂ ਨੂੰ ਮੇਰੇ ਕੋਲੋਂ ਮਲੂਮਾਤ ਹਾਸਲ ਹੋ ਜਾਂਦੀ ਹੈ। ਜਿਹੜੇ ਦੋਸਤ ਨੇ ਮੇਰੇ ਕੋਲ ਮਸ਼ਵਰਾ ਲੈਣਾ ਹੋਵੇ ਜਾਂ ਕੋਈ ਜਾਨਵਰ ਢਿੱਲਾ ਮੱਠਾ, ਉਹਦੇ ਵਾਸਤੇ ਮੈਂ ਉਹਨਾਂ ਨੂੰ ਦੇਸੀ ਨੁਸਖਾ ਜਿਹੜਾ ਹੁੰਦਾ ਉਹ ਜਨਾਬ ਆਪਣੇ ਦੋਸਤਾਂ ਨੂੰ ਦੱਸਦਾ ਰਹਿੰਦਾ ਵਾਂ, ਠੀਕ ਹੈ ਨਾ ਜੀ। ਅਤੇ ਬਾਅਦ ਦੋਸਤ ਹੁੰਦੇ ਨੇ ਉਹ ਪਿੰਡਾਂ ਦੇ ਵਿੱਚ ਜਾਂ ਡੇਰਿਆਂ ਦੇ ਹੁੰਦੇ ਨੇ, ਉਹ ਵਿਚਾਰੇ ਨਹੀਂ ਇੰਨੀ ਦੂਰ ਡਾਕਟਰ ਕੋਲ ਜਾ ਸਕਦੇ ਅਤੇ ਜਾਂ ਡਾਕਟਰ ਦੀ ਫੀਸ ਨਹੀਂ ਭਰ ਸਕਦੇ, ਅਤੇ ਉਹਨਾਂ ਨੂੰ ਫਿਰ ਉਹ ਘਰੋਂ ਹੀ ਚੀਜ਼ ਜਿਹੜੀ ਹੈ ਉਹ ਉਹਨਾਂ ਨੂੰ ਦੱਸ ਦੇਈਏ, ਉਹ ਫਿਰ ਅੱਲਾ ਦੇ ਫਜ਼ਲ ਨਾਲ ਉਹਨਾਂ ਨੂੰ ਆਰਾਮ ਆ ਜਾਂਦਾ, ਠੀਕ ਹੈ ਨਾ ਜੀ। ਉਹਨਾਂ ਦੀ ਚੀਜ਼ ਬਿਮਾਰ ਹੋਣ ਤੋਂ ਬਚ ਜਾਂਦੀ ਹੈ ਜਾਂ ਜ਼ਾਇਆ ਹੋਣ ਤੋਂ ਬਚ ਜਾਂਦੀ ਹੈ, ਠੀਕ ਹੈ ਜੀ। ਅਤੇ ਇਹ ਜਨਾਬ ਮੈਂ ਅੱਜ ਲੈ ਕੇ ਆਇਆ ਤੁਹਾਡੀ ਖਿਦਮਤ 'ਚ ਜੀ ਇੰਗਲਿਸ਼ ਪੁਆਇੰਟਰ। ਅਤੇ ਮੇਰਾ ਵਟਸਐਪ ਨੰਬਰ ਦੋਸਤੋ ਨੋਟ ਕਰ ਲਵੋ, 0303485823। ਇਹ ਜਨਾਬ ਮੇਰਾ ਵਟਸਐਪ ਨੰਬਰ ਹੈ। ਅਤੇ ਮੇਰੇ ਚੈਨਲ ਜਿਹੜਾ ਜੀ ਉਹਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਔਰ ਘੰਟੀ ਦੇ ਬਟਨ ਨੂੰ ਦਬਾਇਆ ਕਰੋ। ਅਤੇ ਜਨਾਬ ਕਾਰਗੋ ਦੀ ਸਹੂਲਤ ਜਿਹੜੀ ਹੈ ਉਹ ਪੂਰੇ ਪਾਕਿਸਤਾਨ 'ਚ ਮੌਜੂਦ ਹੈ। ਜਿਹੜੇ ਮੇਰੇ ਦੋਸਤ ਨੂੰ, ਮੇਰੇ ਵੀਰ ਨੂੰ, ਮੇਰੇ ਬਜ਼ੁਰਗ ਨੂੰ ਚਾਹੀਦਾ ਹੋਵੇ ਅਤੇ ਉਹ ਜਨਾਬ ਮਲਕ ਨੂੰ ਆਵਾਜ਼ ਦੇ ਸਕਦਾ। ਵਟਸਐਪ ਨੰਬਰ ਮੈਂ ਤੁਹਾਨੂੰ ਆਪਣਾ ਜਿਹੜਾ ਜਨਾਬ ਉਹ ਲਿਖਾ ਦਿੱਤਾ। ਇਹ ਜਨਾਬ ਇੱਕ 10 ਮਹੀਨੇ ਦੀ ਬੱਚੀ ਹੈ ਜੀ, 10 ਮਹੀਨੇ ਦੀ। ਅਤੇ ਇਹਨੇ ਇੱਕੋ ਹੀ ਪੀਸ ਹੈ, ਇਹਨੇ ਮਾਸ਼ਾਅੱਲਾ ਹਾਲੇ ਹੋਰ ਵੀ ਅੱਲਾ ਦੇ ਘਰ ਦੀ ਬੜੀ ਉਮੀਦ ਹੈ ਕਿ ਇਹ ਕੱਦ ਕੱਟ ਜਿਹੜਾ ਹੋਰ ਕੱਢੇਗੀ। ਅਤੇ ਇਹਦਾ ਦੋਸਤੋ ਇਹਦਾ ਚਿਹਰਾ ਦੇਖੋ, ਇਹਦੇ ਕੰਨ ਦੇਖੋ, ਅਤੇ ਇਹਦੀ ਪੈਰ, ਅਤੇ ਉਹ ਤੁਹਾਨੂੰ ਅੰਦਾਜ਼ਾ ਹੋ ਜਾਏਗਾ। ਜਿਹੜੇ ਦੋਸਤ ਇੰਗਲਿਸ਼ ਦੇ ਸ਼ੌਕੀਨ ਨੇ ਉਹਨਾਂ ਨੂੰ ਤਜਰਬਾ ਹੁੰਦਾ ਕਿ ਇਹ ਚੀਜ਼ ਕੀ ਹੈ ਜੀ, ਠੀਕ ਹੈ ਨਾ ਜੀ। ਅਤੇ ਇਹ ਜਨਾਬ ਤੁਹਾਨੂੰ ਮਿਲ ਜਾਏਗੀ। ਅਤੇ ਦੋਸਤੋ ਇਹਨੂੰ ਟੀਕੇ ਸ਼ੀਕੇ ਲੱਗੇ ਹੁੰਦੇ ਨੇ, ਮੇਰੇ ਕੋਲੋਂ ਜਿਹੜੀ ਚੀਜ਼ ਵੀ ਹੋਏਗੀ ਉਹਨਾਂ ਦੇ ਫਜ਼ਲ ਨਾਲ ਪ੍ਰੋਪਰ ਮੈਂ ਆਪਣੇ ਫਾਰਮ 'ਤੇ ਡਾਕਟਰ ਰੱਖਿਆ, ਅਤੇ ਉਹਨਾਂ ਦੀ ਦੇਖਭਾਲ ਜਿਹੜੇ ਨੇ ਉਹ ਕਰਦੇ ਰਹਿੰਦੇ ਨੇ ਜੀ। ਅਤੇ ਮੇਰੀ ਚੀਜ਼ ਜਿਹੜੀ ਹੁੰਦੀ ਹੈ ਵਕਤੀ ਤੌਰ 'ਤੇ ਤਾਂ ਇੰਝ ਲੱਗਦਾ ਜਿਵੇਂ ਤੁਸੀਂ ਮਹਿੰਗੀ ਖਰੀਦ ਲਏ ਹੋ, ਮਗਰ ਇਸ ਤਰ੍ਹਾਂ ਨਹੀਂ ਹੋਏਗਾ ਕਿ ਜੀ ਮਲਕ ਸਾਹਿਬ ਮੈਂ ਤਿੱਤਰ ਲਿਆ ਵੇ ਉਹ ਜੋੜੀ ਲਈ ਸੀ, ਉਹ ਇੱਕ ਜ਼ਾਇਆ ਹੋ ਗਿਆ ਅਤੇ ਇੱਕ ਬਚ ਗਿਆ, ਹੁਣ ਮੈਂ ਮਾਦੀ ਕਿਹਦੇ ਕੋਲ ਲਵਾਂ।
ਤੇ ਉਹ ਮਾਦੀ ਜਦੋਂ ਲਿਆਉਂਦੇ ਹੋ ਤੇ ਉਹਨਾਂ ਚਿਕਰ ਉਹ ਮਾਦੀ ਵੀ ਬਿਮਾਰ ਆ ਜਾਂਦੀ ਹੈ ਤੇ ਨਾਲ ਦੂਜਾ ਤੀਤਰ ਵੀ ਤੁਹਾਡਾ ਜ਼ਾਇਆ ਹੋ ਜਾਂਦਾ ਠੀਕ ਹੈ ਨਾ ਜੀ ਪੈਸੇ ਜ਼ਾਇਆ ਹੋ ਜਾਂਦੇ ਨੇ ਤੇ ਤੁਸੀਂ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ ਮਹਿੰਗੀ ਚੀਜ਼ ਲੈ ਲਿਆ ਕਰੋ ਕਹਿੰਦੇ ਨਾ ਮਹਿੰਗੇ ਰੋਵੇ ਮਹਿੰਗਾ ਜਿਹੜਾ ਹੁੰਦਾ ਇੱਕ ਵਾਰ ਤੇ ਜਿਹੜਾ ਦੂਸਰਾ ਉਹ ਬਾਰ ਬਾਰ ਸਸਤਾ ਜਿਹੜਾ ਉਹ ਬਾਰ ਬਾਰ ਤੇ ਉਹਦੇ ਨਾਲੋਂ ਇਹ ਬਿਹਤਰ ਹੈ ਕਿ ਤੁਸੀਂ ਜਿਹੜਾ ਉਹ ਅੱਛੀ ਚੀਜ਼ ਜਿਹੜੀ ਹੈ ਉਹ ਲਿਆ ਕਰੋ ਕੋਈ ਪ੍ਰੋਪਰ ਜਿਹਨੇ ਦੋਸਤ ਨੇ ਰੱਖਿਆ ਹੋਣ ਉਹਨਾਂ ਕੋਲੋਂ ਤੇ ਦੋਸਤੋ ਖਾਣਾ ਉਹਨੇ ਵੀ ਉਨਾ ਹੀ ਹੁੰਦਾ ਜਿੰਨਾ ਤੁਸੀਂ ਆਮ ਆਪਣਾ ਨੁਕਸਾਨ ਵੀ ਕਰ ਲੈਂਦੇ ਹੋ ਔਰ ਚੀਜ਼ਾਂ ਵੀ ਉਹਨਾਂ ਨੂੰ ਜ਼ਾਹਰੇ ਉਹਨੇ ਖਾਣੀਆਂ ਹੁੰਦੀਆਂ ਨੇ ਠੀਕ ਹੈ ਨਾ ਅਤੇ ਜਿਹੜੇ ਮੇਰੇ ਦੋਸਤ ਚੈਨਲ ਲਾਇਕ ਕਰਦੇ ਨੇ ਸ਼ੇਅਰ ਕਰਦੇ ਨੇ ਘੰਟੀ ਦੇ ਬਟਨ ਨੂੰ ਦਬਾਉਂਦੇ ਨੇ ਜੀ ਉਹਨਾਂ ਦੀ ਬੜੀ ਮਿਹਰਬਾਨੀ ਔਰ ਜਿਹੜੇ ਨਹੀਂ ਦਬਾਉਂਦੇ ਉਹਨਾਂ ਦੀ ਜੀ 100 ਵਾਰੀ ਮਿਹਰਬਾਨੀ ਕਿ ਉਹ ਮੇਰਾ ਚੈਨਲ ਨੂੰ ਲਾਇਕ ਸ਼ੇਅਰ ਨਹੀਂ ਕਰਦੇ ਅਤੇ ਉਹਨਾਂ ਦੀ ਮਿਹਰਬਾਨੀ ਹੈ ਜੀ ਨਹੀਂ ਕਰਦੇ ਤਾਂ ਉਹ ਮੇਰਾ ਕੋਈ ਜ਼ੋਰ ਤਾਂ ਨਹੀਂ ਨਾ ਕਿਸੇ ਦੇ ਅੱਗੇ ਅਤੇ ਤੁਹਾਨੂੰ ਅਗਰ ਮੇਰੀਆਂ ਵੀਡੀਓ ਅੱਛੀਆਂ ਲੱਗਦੀਆਂ ਨੇ ਤਾਂ ਐਂਡ ਤੱਕ ਦੇਖਿਆ ਕਰੋ ਔਰ ਉਹਨੂੰ ਲਾਇਕ ਸ਼ੇਅਰ ਕਰਿਆ ਕਰੋ ਔਰ ਘੰਟੀ ਦੇ ਬਟਨ ਨੂੰ ਦਬਾਇਆ ਕਰੋ ਤਾਂ ਕਿ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਅੱਛੀਆਂ ਅੱਛੀਆਂ ਵੀਡੀਓ ਜਿਹੜੀਆਂ ਨੇ ਜਨਾਬ ਉਹ ਬਣਾ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਕਰਾਂ ਔਰ ਦੋਸਤਾਂ ਨੂੰ ਅੱਛੇ ਸ਼ੌਕ ਕਰਾਵਾਂ ਕਰਾਂ ਜੀ ਠੀਕ ਹੈ ਨਾ ਜੀ ਅਤੇ ਇਹ ਜਨਾਬ ਇੰਗਲਿਸ਼ ਪੁਆਇੰਟਰ ਹੈ ਅਤੇ ਇਹਦੀ ਉਹ ਟੇਲ ਦੇਖੋ ਛੋਟੀ ਟੇਲ ਵਾਲੀ ਹੈ ਅਤੇ ਇਹਦਾ ਫੇਸ ਦੇਖੋ ਚਿਹਰਾ ਉਹ ਤੁਹਾਨੂੰ ਆਪ ਅੰਦਾਜ਼ਾ ਹੋਏਗਾ ਕਿ ਉਹ ਕਿਸ ਤਰ੍ਹਾਂ ਇੰਗਲਿਸ਼ ਪੁਆਇੰਟਰ ਦਾ ਜਿਹੜਾ ਹੁੰਦਾ ਉਹ ਕੈਸਾ ਸਲੋਪ ਵਾਲਾ ਠੀਕ ਹੈ ਨਾ ਅਤੇ ਇਹ ਚੀਜ਼ਾਂ ਤੁਸੀਂ ਚੈੱਕ ਕਰੋ ਅਤੇ ਪੈਰ ਸ਼ਹਿਰੇ ਦੇ ਦੇਖੋ ਇਹਦਾ ਕੱਦ ਕਾਟ ਦੇਖੋ ਅਤੇ ਕਾਰਗੋ ਦੀ ਸਹੂਲਤ ਜਨਾਬ ਉਹ ਤੁਹਾਨੂੰ ਮੈਂ ਅਕਸਰ ਵੀਡੀਓ 'ਚ ਸਾਰੀਆਂ ਵੀਡੀਓ ਦੱਸੀ ਦੀਆਂ ਨੇ ਕਿ ਉਹ ਕਾਰਗੋ ਦੀ ਸਹੂਲਤ ਮੇਰੇ ਕੋਲ ਮੌਜੂਦ ਹੁੰਦੀ ਹੈ ਅਤੇ ਮੈਂ ਜਨਾਬ ਆਪਣਾ ਵਟਸਐਪ ਨੰਬਰ ਤੁਹਾਨੂੰ ਫਿਰ ਲਿਖਾ ਦਿੰਦਾ ਅਤੇ ਤੁਸੀਂ ਉਹ ਨੋਟ ਕਰ ਲਵੋ 0303-4858273 ਠੀਕ ਹੈ ਜੀ ਇਹ ਮੇਰਾ ਜਨਾਬ ਵਟਸਐਪ ਨੰਬਰ ਹੈ ਅਤੇ ਇੰਗਲਿਸ਼ ਪੁਆਇੰਟਰ ਹੈ ਜੀ ਇਹ ਬਟੇਰੇ 'ਤੇ ਲੱਗੀ ਹੈ ਤਿੱਤਰ ਔਰ ਬਟੇਰ 'ਤੇ ਅਤੇ ਇਹ ਜਨਾਬ ਅੱਲਾ ਦੇ ਫਜ਼ਲ ਨਾਲ ਕੱਦ ਕਾਟ ਜਿਹੜਾ ਇਹਨੇ ਮਜ਼ੀਦ ਹੋਰ ਕੱਢੇਗੀ ਅਤੇ ਇਹ ਇੰਗਲਿਸ਼ ਪੁਆਇੰਟਰ ਹੈ ਜੀ ਠੀਕ ਹੈ ਨਾ ਜੀ ਅਤੇ ਦੋਸਤੋ ਮੇਰੇ ਚੈਨਲ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਔਰ ਘੰਟੀ ਦੇ ਬਟਨ ਨੂੰ ਦਬਾਇਆ ਕਰੋ ਤਾਂ ਕਿ ਮੇਰੀ ਹਰ ਆਉਣ ਵਾਲੀ ਵੀਡੀਓ ਜਿਹੜੀ ਹੈ ਦੋਸਤਾਂ ਤੱਕ ਜਿਹਦਾ ਤੱਕ ਨਹੀਂ ਪਹੁੰਚੀ ਹੁੰਦੀ ਉਹ ਵੀ ਬਸਾਨੀ ਪਹੁੰਚ ਸਕੇ ਔਰ ਦੋਸਤ ਜਿਹੜੇ ਨੇ ਉਹ ਮੇਰੇ ਨਾਲ ਰਾਬਤਾ ਕਰ ਸਕਣ ਠੀਕ ਹੈ ਨਾ ਜੀ ਅਤੇ ਤੁਹਾਡਾ ਦੋਸਤੋ ਇੱਕ ਲਾਇਕ ਨਾਲ ਜਾਂਦਾ ਕੁਛ ਨਹੀਂ ਹੈ ਅਤੇ ਮੈਨੂੰ ਪਤਾ ਲੱਗ ਜਾਂਦਾ ਕਿ ਮੇਰੀ ਕੰਢ ਪਿੱਛੇ ਕਾਫੀ ਦੋਸਤਾਂ ਦੇ ਹੱਥ ਨੇ ਜੀ ਅਤੇ ਉਹ ਮੈਨੂੰ ਜਿਹੜੀ ਕਮੀ ਹੁੰਦੀ ਹੈ ਕਿ ਜੀ ਮੇਰੇ ਪਿੱਛੇ ਕਾਫੀ ਮੇਰੇ ਭਰਾ ਨੇ ਮੇਰੇ ਦੋਸਤ ਨੇ ਜਿਹੜੇ ਕਿ ਮੈਨੂੰ ਜਿਹੜਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਮੇਰੇ ਕੋਲ ਕੋਈ ਗੱਲ ਪੁੱਛਦੇ ਹੋ ਅਤੇ ਜਾਂ ਜਦੋਂ ਤੁਹਾਡਾ ਫੋਨ ਆਉਂਦਾ ਜਾਂ ਮੈਸੇਜ ਆਉਂਦਾ ਅਤੇ ਅੱਲਾ ਜਾਣਦਾ ਕਿ ਇੰਨੀ ਖੁਸ਼ੀ ਹੁੰਦੀ ਹੈ ਅਤੇ ਉਹ ਫਿਰ ਦੋਸਤਾਂ ਨਾਲ ਫਿਰ ਰਾਬਤਾ ਵੀ ਕਰੀਦਾ ਠੀਕ ਹੈ ਨਾ ਜੀ ਅਤੇ ਉਹ ਤੁਹਾਨੂੰ ਦੱਸਿਆ ਵੀ ਸੀ ਕਿ ਨੌਕਰੀ ਵੀ ਡਿਊਟੀ ਹੁੰਦੀ ਹੈ ਅਤੇ ਉਹ ਵੀ ਬੱਚਿਆਂ ਦੀ ਰੋਟੀ ਵੀ ਕਮਾਉਣੀ ਹੁੰਦੀ ਹੈ ਅਤੇ ਉਹਨਾਂ ਦੋਸਤਾਂ ਨੂੰ ਫਿਰ ਮੈਂ ਜਿਹੜਾ ਉਹ ਆਪਣੇ ਟਾਈਮ ਕੱਢ ਕੇ ਅਤੇ ਉਹਨਾਂ ਨੂੰ ਜਨਾਬ ਉਹਨਾਂ ਦੀ ਗੱਲ ਦਾ ਜਵਾਬ ਦੇਣਾ ਅਤੇ ਮੈਨੂੰ ਦੋਸਤੋ ਦਿਓ ਇਜਾਜ਼ਤ ਬਹੁਤ ਸ਼ੁਕਰੀਆ ਅਸਲਾਮ ਅਲੈਕਮ